ਪੰਜਾਬ ਵਿੱਚ ਪਾਣੀ ਅਤੇ ਹੜ੍ਹਾਂ ਦੇ ਹਾਲਾਤ ਅਜੇ ਵੀ ਜਿਉਂ ਦੇ ਤਿਉਂ ਬਣੇ ਹੋਏ ਨੇ। ਪੰਜਾਬ ਵਿੱਚ ਇੱਕ ਵਾਰ ਮੁੜ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਨੇ ਅਤੇ ਕਈ ਪਿੰਡ ਪਾਣੀ ਵਿੱਚ ਡੁੱਬੇ ਹੋਏ ਨੇ। ਲੰਘੇ ਦਿਨੀ ਨੰਗਲ ਦੇ ਇੱਕ ਪਿੰਡ ਵਿੱਚ ਪਾਣੀ ਆਉਣ ਕਾਰਨ ਕੁਝ ਲੋਕ ਆਪਣੇ ਘਰਾਂ ਵਿੱਚ ਫਸ ਗਏ ਨੇ ਅਤੇ ਰਾਹਤ ਟੀਮਾਂ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜੁਟੀਆਂ ਹੋਈਆਂ ਨੇ। ਇੰਨੀ ਦਿਨੀ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਪਹਾੜੀ ਇਲਾਕਿਆਂ ਵਿੱਚ ਬਹੁਤ ਤਬਾਹੀ ਮਚੀ ਹੋਈ ਹੈ ਅਤੇ ਪਿਛਲੇ ਕੁਝ ਦਿਨਾਂ ਵਿੱਚ ਹੀ ਜ਼ਮੀਨ ਖਿਸਕਣ, ਘਰਾਂ ਦੇ ਬਰਬਾਦ ਹੋਣ ਵਰਗੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਨੇ। ਹੜ੍ਹ ਦੇ ਪਾਣੀ ਨੇ ਰੋਪੜ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਕਈ ਪਿੰਡਾਂ ਵਿੱਚ ਤਬਾਹੀ ਮਚਾਈ ਹੋਈ ਹੈ। ਭਾਖੜਾ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ਕੰਢੇ ਵਸੇ ਪਿੰਡਾਂ ਲਈ ਇਹ ਪਾਣੀ ਆਫਤ ਬਣ ਕੇ ਆਇਆ ਹੈ। NDRF ਦੀਆਂ ਟੀਮਾਂ ਵੱਖ ਵੱਖ ਪਿੰਡਾਂ ਅਤੇ ਇਲਾਕਿਆਂ ਵਿੱਚ ਫਸੇ ਲੋਕਾਂ ਨੂੰ ਕੱਢ ਰਹੀਆਂ ਨੇ ਅਤੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੇਠਲੇ ਇਲਾਕਿਆਂ ਤੋਂ ਨਿਕਲ ਕੇ ਉੱਚੀਆਂ ਅਤੇ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਅਤੇ ਨਾਲ ਹੀ ਲੋਕਾਂ ਦੀ ਸਹੂਲਤ ਲਈ ਕਈ ਥਾਵਾਂ 'ਤੇ ਸਕੂਲਾਂ ਵਿੱਚ ਰਾਤ ਕੈਂਪ ਵੀ ਬਣਾਏ ਗਏ ਨੇ। ਇਸੇ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਸਤਲੁਜ ਦਰਿਆ ਵਿੱਚ ਪਾਣੀ ਵੱਧ ਜਾਣ ਕਾਰਨ ਇਲਾਕੇ ਵਿੱਚ 17 ਅਤੇ 18 ਅਗਸਤ ਨੂੰ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ। ਜ਼ਿਲ੍ਹਾ ਰੋਪੜ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲ ਅਤੇ ਆਂਗਣਵਾੜੀ ਸੈਂਟਰ 17 ਅਤੇ 18 ਅਗਸਤ ਤੱਕ ਬੰਦ ਕਰ ਦਿੱਤੇ ਗਏ ਨੇ। ਇਸ ਵਿੱਚ ਨੰਗਲ, ਸ਼੍ਰੀ ਕੀਰਤਪੁਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਅਤੇ ਹੋਰ ਇਲਾਕਿਆਂ ਦੇ ਸਕੂਲ ਅਤੇ ਵਿੱਦਿਅਕ ਸੰਸਥਾਵਾਂ ਆਉਂਦੀਆਂ ਨੇ। ਅਤੇ ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਰ ਦਾਅਵਾ ਕੀਤਾ ਕਿ ਹਾਲਾਤ ਕਾਬੂ ਹੇਠ ਨੇ। ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਸੂਬੇ ਵਿੱਚ ਹੜ੍ਹਾਂ ਦੇ ਹਾਲਾਤਾਂ ਉੱਤੇ ਸਖ਼ਤ ਨਜ਼ਰ ਰੱਖ ਰਹੇ ਨੇ ਅਤੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਅਤੇ ਮੁਆਵਜ਼ਾ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਘੱਗਰ ਹੈ, ਉਹ ਬਿਲਕੁਲ ਸੇਫ ਹੈ, ਉਹ ਕੰਟਰੋਲ ਮੈਂ, ਉਸ 'ਚ ਕੋਈ ਖਤਰੇ ਵਾਲੀ ਬਾਤ ਨਹੀਂ। ਰਾਵੀ ਹੈ, ਉਸ ਮੈਂ ਕੋਈ ਖਤਰੇ ਵਾਲੀ ਬਾਤ ਨਹੀਂ। ਔਰ ਹਰੀ ਕੇ ਕਾ ਪਾਣੀ, ਕਿਉਂਕਿ ਬਾਖੜਾ ਔਰ ਪਾਉਂ ਕਾ ਪਾਣੀ ਹਰੀ ਕੇ ਮੈਂ ਇਕੱਠਾ ਹੁੰਦਾ ਹੈ, ਵਹਾਂ ਸੇ ਹਮਨੇ ਇਨਫ ਮਾਤਰਾ ਮੈਂ ਹਮ ਪਾਣੀ ਛੋੜ ਰਹੇ ਹੈ ਤਾਂ ਕਿ ਵੋ ਪਾਣੀ ਅਗਰ ਡਾਫ ਲੱਗੀ ਤੋ ਕਪੂਰਥਲਾ ਜਾਂ ਕਿਸ ਉਸਕੇ ਸਾਥ ਸਾਥ ਕੇ ਜੋ ਡਿਸਟ੍ਰਿਕਟ ਹੈ ਵਹਾਂ ਪਰ ਕੋਈ ਨੁਕਸਾਨ ਨਾ ਕਰੇ। ਤੋ ਲੰਘੇ ਦਿਨੀ ਭਾਖੜਾ ਬੰਨ ਦੇ ਫਲੱਡ ਗੇਟਾਂ ਨੂੰ 4 ਫੁੱਟ ਤੋਂ ਵਧਾ ਕੇ 8 ਫੁੱਟ ਤੱਕ ਕਰ ਦਿੱਤਾ ਗਿਆ ਅਤੇ BBMB ਪ੍ਰਸ਼ਾਸਨ ਨੇ ਆਉਂਦੇ 5 ਦਿਨਾਂ ਤੱਕ ਗੇਟਾਂ ਨੂੰ ਇਸੇ ਤਰ੍ਹਾਂ ਖੋਲ੍ਹ ਕੇ ਰੱਖਣ ਦੀ ਗੱਲ ਕਹੀ ਹੈ। ਵੀਰਵਾਰ ਨੂੰ ਭਾਖੜਾ ਬੰਨ ਵਿੱਚ ਪਾਣੀ ਦਾ ਪੱਧਰ 1076.45 ਫੁੱਟ ਤੇ ਪਹੁੰਚ ਗਿਆ ਅਤੇ ਪਾਣੀ ਦੀ ਆਮਦ 54,887 ਕਿਊਸਿਕ ਦਰਜ ਕੀਤੀ ਗਈ ਹੈ। ਹਾਲਾਂਕਿ ਭਾਖੜਾ ਡੈਮ ਦਾ ਪਾਣੀ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ 4 ਫੁੱਟ ਹੇਠ ਹੈ। ਬਿਊਰੋ ਰਿਪੋਰਟ ਦਾ ਖਾਲਸ TV।